ਪੁਲਿਸ ਪ੍ਰਸ਼ਾਸਨ ਨੇ ਖੇਡਾਂ ਨੂੰ ਹਾਂ ਨਸ਼ੇ ਨੂੰ ਨਾ ਨਾਅਰੇ ਹੇਠ ਕੋਟਲੀ ਗਾਜ਼ਰਾਂ ਵਿਖੇ ਵਾਲੀਬਾਲ ਟੂਰਨਾਮੈਂਟ ਕਰਵਾਇਆ। ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਦੇ ਮੰਤਵ ਨਾਲ SSP ਜਲੰਧਰ ਦਿਹਾਤੀ ਦਿਸ਼ਾ ਨਿਰਦੇਸ਼ਾਂ ਅਨੁਸਾਰ DSP ਸ਼ਾਹਕੋਟ ਨਰਿੰਦਰ ਸਿੰਘ ਔਜਲਾ ਦੀ ਅਗਵਾਈ ਅਤੇ SHO ਸ਼ਾਹਕੋਟ ਇੰਸਪੈਕਟਰ ਯਾਦਵਿੰਦਰ ਸਿੰਘ ਦੀ ਦੇਖ ਰੇਖ ਹੇਠ ਖੇਡਾਂ ਨੂੰ ਹਾਂ ਨਸ਼ੇ ਨੂੰ ਨਾ ਨਾਅਰੇ ਹੇਠ ਪੁਲਿਸ ਪ੍ਰਸ਼ਾਸਨ ਵੱਲੋਂ ਪਿੰਡ ਕੋਟਲੀ ਗਾਜਰਾ ਸ਼ਾਹਕੋਟ ਵਿਖੇ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ। ਇਸ ਮੌਕੇ ਟੂਰਨਾਮੈਂਟ ਦੀ ਸ਼ੁਰੂਆਤ ਪੁਲਿਸ ਅਧਿਕਾਰੀਆਂ ਤੇ ਪਤਵੰਤਿਆਂ ਵੱਲੋਂ ਖਿਡਾਰੀਆਂ ਨਾਲ ਜਾਣ ਪਹਿਚਾਣ ਕਰਕੇ ਕੀਤੀ ਗਈ। ਇਸ ਮੌਕੇ DSP ਨਰਿੰਦਰ ਸਿੰਘ ਔਜਲਾ ਨੇ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਖੇਡਾਂ ਨੂੰ ਹਾਂ ਅਤੇ ਨਸ਼ੇ ਨੂੰ ਨਾ ਨਾਅਰੇ ਤੇ ਟੂਰਨਾਮੈਂਟ ਕਰਵਾਇਆ ਗਿਆ ਹੈ, ਜਿਸ ਵਿੱਚ ਥਾਣਾ ਸ਼ਾਹਕੋਟ, ਥਾਣਾ ਲੋਹੀਆਂ ਅਤੇ ਥਾਣਾ ਮਹਿਤਪੁਰ ਦੇ ਇਲਾਕੇ 'ਚੋਂ ਟੀਮਾਂ ਨੇ ਭਾਗ ਲਿਆ। ਇਸ ਮੌਕੇ SHO ਸ਼ਾਹਕੋਟ ਇੰਸਪੈਕਟਰ ਯਾਦਵਿੰਦਰ ਸਿੰਘ ਨੇ ਵੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਨੂੰ ਜੀਵਨ ਦਾ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਟੀਮਾਂ ਦੇ 3 ਮੈਚ ਕਰਵਾਏ ਗਏ, ਜਿਸ ਦੌਰਾਨ 2 ਮੈਚ ਜਿੱਤ ਕੇ ਮਹਿਤਪੁਰ ਕਲੱਬ ਦੀ ਟੀਮ ਨੇ ਜਿੱਤ ਹਾਸਲ ਕੀਤੀ। ਇਸ ਮੌਕੇ ਪੁਲਿਸ ਅਧਿਕਾਰੀਆਂ ਅਤੇ ਪਤਵੰਤਿਆਂ ਵੱਲੋਂ ਜੇਤੂ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਹਾਂਜੀ ਸਰ, ਹਾਂਜੀ, ਇਹ ਨਸ਼ਿਆਂ ਨੂੰ ਨਾ ਅਤੇ ਖੇਡਾਂ ਨੂੰ ਹਾਂ ਦਾ ਇੱਕ ਜਿਹੜਾ ਨਾਰਾ ਦਿੱਤਾ ਗਿਆ ਹੈ ਪੰਜਾਬ ਪੁਲਿਸ ਵੱਲੋਂ। ਇਹਦੇ ਵਿੱਚ ਜਿਹੜਾ ਅਲੱਗ ਅਲੱਗ ਪਿਛਲੇ ਟਾਈਮ ਤੋਂ ਬਹੁਤ ਸਾਰੇ ਉਪਰਾਲੇ ਕਰ ਰਹੇ, ਜਿਨ੍ਹਾਂ ਵਿੱਚ ਅਵੇਅਰਨੈਸ ਕੈਂਪ, ਸਪੋਰਟਸ ਅਤੇ ਹੋਰ ਵੀ ਕਾਫੀ ਸਾਰੇ ਉਪਰਾਲੇ। ਇਸੇ ਲੜੀ ਦੇ ਤਹਿਤ ਅੱਜ ਜਿਹੜਾ ਆ ਅੱਜ ਇੱਥੇ ਕੋਟਲੀ ਗਾਜਰਾ ਪਿੰਡ ਸਬ ਡਿਵੀਜ਼ਨ ਪੁਲਿਸ ਸ਼ਾਹਪੁਰ ਦੇ ਵਿੱਚ ਇੱਕ ਇਹ ਜਿਹੜਾ ਵਾਲੀਬਾਲ ਦਾ ਟੂਰਨਾਮੈਂਟ ਰੱਖਿਆ ਗਿਆ ਸੀ, ਜਿਹਦੇ ਵਿੱਚ ਅਲੱਗ ਅਲੱਗ ਸ਼ਾਹਪੁਰ, ਮਹਿਤਪੁਰ, ਕੁੜੀਆਂ, ਕੋਟਲੀ ਗਾਜਰਾ ਅਲੱਗ ਅਲੱਗ ਟੀਮਾਂ ਨੇ ਪਾਰਟੀਸਪੇਟ ਕੀਤਾ ਅਤੇ ਬਹੁਤ ਹੀ ਵਧੀਆ ਮੈਚ ਹੋਏ। ਅਤੇ ਜਿਹੜਾ ਇਹਦੇ ਵਿੱਚ ਇਹੀ ਇੱਕ ਸੰਦੇਸ਼ ਸੀਗਾ ਨੌਜਵਾਨ ਪੀੜ੍ਹੀ ਨੂੰ ਕਿ ਵੀ ਉਹ ਨਸ਼ਿਆਂ ਨੂੰ ਨਾ ਅਤੇ ਖੇਡਾਂ ਨੂੰ ਨਾ, ਤਾਂ ਕਿ ਜਿਹੜਾ ਪੰਜਾਬ ਜਿਹੜਾ ਨਸ਼ਾ ਮੁਕਤ ਹੋ ਸਕੇ ਅਤੇ ਜਿਹੜਾ ਲੋਕਾਂ ਦੀ ਚੰਗੀ ਹੈਲਥ ਹੋ ਸਕੇ, ਬੱਚੇ ਜਿਹੜੇ ਆ ਗਾਂ ਜਿਹੜੇ ਆ ਚੰਗੇ ਪਾਸੇ ਨੂੰ ਚੱਲਣ, ਉਹ ਇਸ ਪਾਸੋਂ ਜਫੋਰੀਆ ਲੈਣ, ਖੇਡਾਂ ਨੂੰ ਇੰਜੋਏ ਕਰਨ, ਆਪਣੀ ਸਿਹਤ ਨੂੰ ਵਧੀਆ ਬਣਾਉਣ। ਅਤੇ ਇਸੇ ਲੜੀ ਦੇ ਵਿੱਚ ਕਿ ਜਿਹੜਾ ਅੱਜ ਦਾ ਟੂਰਨਾਮੈਂਟ ਕਰਵਾਇਆ ਗਿਆ, ਜਿਹੜਾ ਕਾਫੀ ਵਧੀਆ ਮੈਚ ਹੋਏ ਅਤੇ ਜਿਹੜਾ ਇਲਾਕੇ ਦੇ ਵਿੱਚੋਂ ਵੀ ਕਾਫੀ ਸਾਰੇ ਜਿਹੜੇ ਖੇਡ ਪ੍ਰੇਮੀਆਂ ਨੇ ਅਤੇ ਸਕੂਲਾਂ ਦੇ ਬੱਚਿਆਂ ਨੇ ਇਹਦੇ 'ਚ ਪਾਰਟੀਸਪੇਟ ਕੀਤਾ।